ਪਵਿੱਤਰ ਚੌਰ ਤਖਤ ਦੇ ਮਾਲਕ ਗੁਰੂ ਗ੍ਰੰਥ ਸਾਹਿਬ ਜੀ ਦੀ ਨਿੱਘੀ ਗੋਦ ਵਿੱਚ ਸਲਾਨਾ ਜੋੜ ਮੇਲੇ ਦੀ ਹਾਜ਼ਰੀ ਭਰ ਰਹੀ ਸਾਧ ਸੰਗਤ ਜੀ, ਗੱਜ ਵੱਜ ਕੇ ਫਤਿਹ ਬੁਲਾਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ, ਸੰਤ ਕਾ ਮਾਰਗ, ਧਰਮ ਕੀ ਪੌੜੀ, ਕੋਵਿਡ ਭਾਗੀ ਪਾਏ। ਸੰਤ ਬਾਬਾ ਚਰਨ ਸਿੰਘ ਜੀ ਜਿਨ੍ਹਾਂ ਨੇ ਇੱਥੇ ਮਹਾਨ ਤਪੱਸਿਆ ਕੀਤੀ, ਪੰਥ ਦੇ ਮਹਾਨ ਕੀਰਤਨੀਏ, ਇਸ ਦਰਬਾਰ ਦੇ ਹਜ਼ੂਰੀ ਲਾਗੀ ਗਿਆਨੀ ਹਜ਼ਾਰਾ ਸਿੰਘ ਜੀ ਦੀ ਆਸ਼ੀਰਵਾਦ ਦੇ ਨਾਲ ਤੁਹਾਡੇ ਦਰਸ਼ਨ ਕਰ ਰਿਹਾ। ਭਗਤ ਬਾਬਾ ਸੰਤੋਖ ਸਿੰਘ ਜੀ ਜੋ ਗੁਰੂ ਘਰ ਦੇ ਸੇਵਾਦਾਰ ਨੇ, ਬੜੇ ਸੁਚੱਜੇ ਢੰਗ ਨਾਲ ਸੰਗਤਾਂ ਦੀ ਸੇਵਾ ਕਰ ਰਹੇ ਨੇ। ਸੁਸਾ ਸੰਗਤ ਕੁਝ ਪੰਕਤੀਆਂ ਕਵਿਤਾ ਦੀਆਂ ਕਹਿ ਕੇ ਖਿਮਾ ਮੰਗਣੀ ਹੈ ਕਿ ਸਾ ਸੰਗਤ ਧੰਨ ਧੰਨ ਬਾਬਾ ਚਰਨ ਸਿੰਘ ਸਾਡੇ ਕਰਮ ਜਗਾ ਕੇ ਚਲੇ ਗਏ, ਨਾਨਕ ਦੀ ਮਿੱਠੜੀ ਬਾਣੀ ਦਾ ਸਾਨੂੰ ਜਾਪ ਜਪਾ ਕੇ ਚਲੇ ਗਏ, ਸਾਡੇ ਡੁੱਬਦੇ ਜਾਂਦੇ ਵਿਹੜੇ ਨੂੰ ਉਹ ਪਾਰ ਲੰਘਾ ਕੇ ਚਲੇ ਗਏ, ਸਾਨੂੰ ਯਾਦ ਸਤਾਉਂਦੀ ਸੰਤਾਂ ਦੀ ਅੰਮ੍ਰਿਤ ਵਰਸਾ ਕੇ ਚਲੇ ਗਏ, ਜੋ ਕਰਨੀ ਕੀਤੀ ਪੰਥ ਦੇ ਮਹਾਨ ਕੀਰਤਨੀਏ ਭਾਈ ਸਾਹਿਬ ਗਿਆਨੀ ਹਰਭਜਨ ਸਿੰਘ ਜੀ, ਉਹਨਾਂ ਦਾ ਜਥਾ ਸੰਤ ਬਾਬਾ ਹਰਕਿਸ਼ਨ ਸਿੰਘ ਸੋਢੀ ਜੀ, ਗੁਰੂ ਕੀਆਂ ਸੰਗਤਾਂ, ਬੇਟਾ ਐਸ ਪੀ ਸਿੰਘ, ਇੰਸਪੈਕਟਰ ਸਾਹਿਬ ਕੁਲਵੰਤ ਸਿੰਘ ਜੀ ਜਦੋਂ ਵਿਦੇਸ਼ ਗਿਆ ਹੈ ਉਹਦੀ ਚੜ੍ਹਦੀ ਕਲਾ ਵਾਸਤੇ ਅਰਦਾਸ ਕਰਵਾ ਰਹੇ ਨੇ, ਕੈਪਟਨ ਮੰਗਲ ਸਿੰਘ ਜੀ ਸਰਪੰਚ, ਉਹ ਵੀ ਗੁਰੂ ਘਰ ਦੀ ਹਾਜ਼ਰੀ ਭਰ ਰਹੇ ਨੇ। ਗੱਜ ਵੱਜ ਕੇ ਕਹੋ ਨਾਨਕ ਨਾਮ, ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ, ਜੋ ਕਰਨੀ ਕੀਤੀ ਸੰਤਾਂ ਨੇ ਸੰਤ ਬਾਬਾ ਚਰਨ ਸਿੰਘ ਜੀ ਮਹਾਰਾਜ ਦੇ ਨਾਂ 'ਤੇ, ਪੰਥ ਦੇ ਮਹਾਨ ਕੀਰਤਨੀਏ ਸੰਤ ਬਾਬਾ ਹਰਕਿਸ਼ਨ ਸਿੰਘ ਜੀ, ਮਹਾਂਪੁਰਖਾਂ ਵੱਲੋਂ ਬਾਬਾ ਜੀ ਦੇ ਦਰ 'ਤੇ ਸੰਗਤਾਂ ਸ਼ਰਧਾ ਦੇ ਫੁੱਲ ਭੇਟ ਕਰ ਰਹੀਆਂ ਨੇ। ਅਮਰਚੰਦ ਜੀ ਪ੍ਰਿੰਸੀਪਲ ਸਾਹਿਬ, ਉਹ ਵੀ ਬਾਬਾ ਜੀ ਦੇ ਦਰ ਦੀ ਹਾਜ਼ਰੀ ਭਰ ਰਹੇ ਨੇ ਕਿ ਸਾ ਸੰਗਤ ਜੋ ਕਰਨੀ ਕੀਤੀ ਸੰਤ ਬਾਬਾ ਚਰਨ ਸਿੰਘ ਜੀ ਨੇ, ਕੋਈ ਹੋਰ ਬੰਦਾ ਨਹੀਂ ਕਰ ਸਕਦਾ। ਜਿਹੜਾ ਮਹਾਂਪੁਰਸ਼ਾਂ ਨੂੰ ਭੁੱਲ ਜਾਵੇ ਨਾ ਜੀ ਸਕਦਾ ਨਾ ਮਰ ਸਕਦਾ। ਅੱਜ ਅਰਸ਼ ਫਰਸ਼ 'ਤੇ ਬਾਬਾ ਜੀ ਤੁਹਾਡੇ ਨਾਮ ਦੀ ਜੈ ਜੈ ਕਾਰ ਹੋਵੇ। ਹੱਥ ਜੋੜ ਸਾਰੇ ਅਰਦਾਸ ਕਰੋ, ਸੰਸਾਰ ਦਾ ਬੇੜਾ ਪਾਰ ਹੋਵੇ। ਸਾਧ ਸੰਗਤ ਕੁਝ ਪੰਕਤੀਆਂ ਕਵਿਤਾ ਦੀਆਂ ਹੋਰ ਕਹਿ ਕੇ ਖਿਮਾ ਦਾ ਚਾਚਕ ਹੋਵਾਂਗਾ। ਪੰਥ ਦੇ ਮਹਾਨ ਵਿਦਵਾਨ, ਇਸ ਦਰ ਦੇ ਸੇਵਕ ਸੇਵਾਦਾਰ ਗਿਆਨੀ ਹਜ਼ਾਰਾ ਸਿੰਘ ਜੀ, ਉਹ ਵੀ ਸੇਵਕ ਕਵੀ ਨੂੰ ਮਾਣ ਬਖਸ਼ ਰਹੇ ਨੇ। ਬਾਬਾ ਜੀ ਇਹਨਾਂ ਨੂੰ ਹੋਰ ਚੜ੍ਹਦੀਆਂ ਕਲਾਂ ਬਖਸ਼ਣ। ਇਹ ਧਰਤੀ ਰਿਸ਼ੀਆਂ ਮੁਨੀਆਂ ਦੀ, ਇਹ ਧਰਤੀ ਹੈ ਅਵਤਾਰਾਂ ਦੀ, ਜਿਨ੍ਹਾਂ ਸਭ ਕੁਝ ਦੇਸ਼ ਤੋਂ ਵਾਰ ਦਿੱਤਾ, ਨੀਲੇ ਦੇ ਸ਼ਾਹ ਸਵਾਰਾਂ ਦੀ ਜਿੰਦ ਤਲੀ ਤੇ ਧਰ ਕੇ ਰਾਣੇ ਅੰਦਰ, ਜਿਨ੍ਹਾਂ ਬਾਤ ਪਾਈ ਤਲਵਾਰਾਂ ਦੀ, ਸਦਕੇ ਉਹਨਾਂ ਅਮਰ ਸ਼ਹੀਦਾਂ ਦਾ ਅਸੀਂ ਮਾਣੀਏ ਮੌਜ ਬਹਾਰਾਂ ਦੀ। ਗੁਰੂ ਰੂਪ ਸਾਧ ਸੰਗਤ ਉਹਨਾਂ ਮਾਵਾਂ ਦੇ ਪੁੱਤਰਾਂ ਦੀ ਕਹਾਣੀ, ਭੈਣਾਂ ਦੇ ਵੀਰਾਂ ਦੀ ਕਹਾਣੀ, ਜੋ ਧਰਮ ਦੀ ਖਾਤਰ ਸ਼ਹਾਦਤਾਂ ਦੇ ਜਾਮ ਪੀ ਗਏ, ਕੁਝ ਅੰਤਮ ਬੰਦ ਕਵਿਤਾ ਦੇ ਕਹਿ ਕੇ ਖਿਮਾ ਮੰਗਣੀ ਹੈ
ਕੇ ਆ ਰਹੇ ਨਲ ਤਨ ਚਿਰ ਵਾਲੈ ਨਾ ਇਹ ਕੰਮ ਖਾਲਸਾ ਤੇਰਾ ਏ। ਸੂਬੇਦਾਰ ਮੇਜਰ ਜੀ ਧਰਮੀ ਫੌਜੀ ਸਾਹਿਬ, ਹੋਰ ਗੁਰੂ ਕੀਆਂ ਸੰਗਤਾਂ ਬਾਬਾ ਜੀ ਦੇ ਅਸਥਾਨ ਦੀ ਹਾਜ਼ਰੀ ਭਰ ਰਹੀਆਂ ਨੇ, ਬਾਬਾ ਜੀ ਖਜ਼ਾਨੇ ਭਰਪੂਰ ਕਰਨੇ, ਪਰਿਵਾਰਾਂ ਦੇ ਸਿਰ 'ਤੇ ਮਿਹਰ ਭਰਿਆ ਹੱਥ ਰੱਖਣਾ ਕਿ ਇਸ ਸਿੱਖੀ ਖਾਤਰ ਕਈ ਸੂਰੇ ਚੜਖੜੀਆਂ ਉੱਤੇ ਚੜ੍ਹਦੇ ਰਹੇ, ਇਹ ਮਿਲੇ ਮਿਸਾਲ ਨਾ ਜੱਗ ਅੰਦਰ, ਬਿਨਾਂ ਸੀਸ ਤੋਂ ਸੂਰੇ ਲੜਦੇ ਰਹੇ ਦਿੱਲੀ ਦੇ ਚਾਂਦਣੀ ਚੌਂਕ ਅੰਦਰ, ਜੇ ਖੂਨ ਗੁਰਾਂ ਦਾ ਡੁੱਲਦਾ ਨਾ ਮੁਗਲਾਂ ਦਾ ਹੁੰਦਾ ਬੋਲਬਾਲਾ, ਕਦੇ ਧਰਮ ਦਾ ਝੰਡਾ ਝੁੱਲਦਾ ਨਾ। ਸਾਧ ਸੰਗਤ ਕਵਿਤਾ ਦਾ ਅੰਤਮ ਦ੍ਰਿਸ਼ ਸਿੱਖੀ ਦੇ ਆਸ਼ਕ ਸਿੱਖੀ ਤੋਂ, ਸਿੱਖੀ ਦੇ ਆਸ਼ਕ ਸਿੱਖੀ ਤੋਂ ਜਿੰਦ ਘੋਲ ਘੁਮਾਉਂਦੇ ਚਲੇ ਗਏ, ਰਣ ਭੂਮੀ ਅੰਦਰ ਦੁਸ਼ਮਣ ਨੂੰ ਉਹ ਚਣੇ ਚਬਾਉਂਦੇ ਚਲੇ ਗਏ, ਚੜ ਚੜ ਖੜੀਆਂ ਤੇ ਕਈ ਸੂਰੇ ਠੱਲ ਜ਼ੁਲਮ ਨੂੰ ਪਾਉਂਦੇ ਚਲੇ ਗਏ, ਬੰਦ ਬੰਦ ਕਟਵਾਉਂਦੇ ਚਲੇ ਗਏ, ਖੋਪਰ ਉਤਰਾਉਂਦੇ ਚਲੇ ਗਏ, ਜੋ ਬੀਤੀ ਗੁਰੂ ਦੇ ਸਿੰਘਾਂ ਨਾਲ ਉਹ ਦੁੱਖਾਂ ਭਰੀ ਕਹਾਣੀ ਏ। ਉਹ ਡਰਦਾ ਕਦੇ ਨਹੀਂ ਮੌਤ ਕੋਲੋਂ ਜੋ ਪੜ੍ਹਦਾ ਗੁਰਾਂ ਦੀ ਬਾਣੀ ਏ, ਜੋ ਪੜ੍ਹਦਾ ਗੁਰਾਂ ਦੀ ਬਾਣੀ ਏ। ਇੰਨੇ ਸ਼ਬਦ ਮਹਾਂਪੁਰਸ਼ਾਂ ਦੇ ਦਰਬਾਰ 'ਤੇ ਭੇਟ ਕੀਤੇ ਨੇ। ਅਗਲਾ ਪ੍ਰੋਗਰਾਮ ਵੀਰ ਮਨਜੀਤ ਸਿੰਘ ਜੀ ਰੇਡੀਓ ਸਟੇਸ਼ਨ ਜਲੰਧਰ ਵਾਲੇ ਉਹ ਤੁਹਾਨੂੰ ਦੱਸਣਗੇ। ਇੱਕ ਵਾਰੀ ਫਿਰ ਬਾਬਾ ਜੀ ਦੀਆਂ ਸੀਸਾਂ ਪ੍ਰਾਪਤ ਕਰੋ। ਬੜੀ ਖੁਸ਼ੀ ਹੈ ਕਿ ਸਾਡੇ ਜ਼ਿਲ੍ਹੇ ਦੇ ਯੂਥ ਅਕਾਲੀ ਦਲ ਦੇ ਪ੍ਰਧਾਨ ਕਰਮਵੀਰ ਸਿੰਘ ਜੀ ਘੁੰਮਣ, ਸੰਤ ਸਿੰਘ ਜੀ ਜੰਡੌਰ ਆਪਣੇ ਸਾਥੀਆਂ ਨਾਲ ਆਸ਼ੀਰਵਾਦ ਲੈਣ ਆਏ ਨੇ। ਬਾਬਾ ਜੀ ਕਿਰਪਾ ਕਰਨ, ਇਹ ਬੱਚੇ ਦੇ ਸਿਰ 'ਤੇ ਮਿਹਰ ਭਰਿਆ ਹੱਥ ਰੱਖਣ। ਗੱਜ ਵੱਜ ਕੇ ਫਤਿਹ ਬੁਲਾਓ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਪ ਜੀ ਦੇ ਸਨਮੁਖ ਸਨ ਕੌਮੀ ਪੰਜਾਬੀ ਕਵੀ ਚੈਨ ਸਿੰਘ ਜੀ ਚੱਕਰਵਰਤੀ, ਜਿਨ੍ਹਾਂ ਨੇ ਆਪ ਜੀ ਨੂੰ ਬਿਹਤਰੀਨ ਰਚਨਾਵਾਂ ਦੁਆਰਾ ਨਿਹਾਲ ਕੀਤਾ ਹੈ। ਮੈਂ ਹੁਣ ਬੇਨਤੀ ਕਰਾਂਗਾ ਢਾਡੀ ਜਥਾ ਭਾਈ ਤਰਸੇਮ ਜੀ ਕੋਮਲ ਤਿੰਨਾਂ ਨੂੰ ਕਿ ਉਹ ਆਪਣੇ ਜਥੇ ਸਮੇਤ ਆਪਣੇ ਸਾਜ਼ ਜਿਹੜੇ ਹੈ ਉਹ ਸੁਰ ਕਰਨ। ਮੈਂ ਬੇਨਤੀ ਕਰਾਂਗਾ ਕਿ ਜਦੋਂ ਹੀ ਮੈਂ ਅਨਾਊਂਸ ਕਰਕੇ ਮਾਈਕ੍ਰੋਫੋਨ ਬੰਦ ਕਰਾਂਗਾ, ਇਹਨਾਂ ਦਾ ਸਮਾਂ ਉਦੋਂ ਆਰੰਭ ਹੋ ਜਾਏਗਾ। ਬਹੁਤ ਹੀ ਸ਼ਰਧਾਲੂਆਂ ਵੱਲੋਂ ਗੁਰੂ ਘਰ ਵਾਸਤੇ ਮਾਇਆ ਭੇਟ ਕੀਤੀ ਗਈ ਹੈ। ਰਘਵੀਰ ਸਿੰਘ ਜੀ, ਸੁਖਵਿੰਦਰ ਸਿੰਘ ਜੀ, ਸਤਪਾਲ ਸਿੰਘ ਜੀ, ਅਵਤਾਰ ਸਿੰਘ ਔਰ ਹਰਦੀਪ ਸਿੰਘ, ਮਨਜੀਤ ਸਿੰਘ, ਗੁਰਪ੍ਰੀਤ ਸਿੰਘ, ਸੰਤੋਖ ਸਿੰਘ, ਸਿਮਰਜੋਤ ਸਿੰਘ, ਮੁਖਤਿਆਰ ਸਿੰਘ, ਗੁਰਦੇਵ ਸਿੰਘ ਜੀ, ਤਰਲੋਕ ਸਿੰਘ, ਲਖਵਿੰਦਰ ਸਿੰਘ, ਗੁਰਮੀਤ ਸਿੰਘ, ਮੱਖਣ ਸਿੰਘ, ਬਲਜਿੰਦਰ ਸਿੰਘ, ਅਮਰੀਕ ਸਿੰਘ, ਨਰਿੰਦਰ ਸਿੰਘ, ਸਤਨਾਮ ਸਿੰਘ, ਗੁਰਪ੍ਰੀਤ ਕੌਰ, ਸਤਵਿੰਦਰ ਕੌਰ, ਜਰਨੈਲ ਸਿੰਘ, ਜਸਵੀਰ ਸਿੰਘ, ਰੋਲਦਾ ਸਿੰਘ, ਮਨਜੀਤ ਸਿੰਘ, ਪ੍ਰਦੀਪ ਸਿੰਘ, ਸ਼ਮਸ਼ੇਰ ਸਿੰਘ, ਗੁਰਮੁਖ ਸਿੰਘ, ਕੇਵਲ ਸਿੰਘ, ਗੁਰਮੁਖ ਸਿੰਘ, ਸੁਖਵਿੰਦਰ ਸਿੰਘ ਅਤੇ ਪ੍ਰੀਤਮ ਸਿੰਘ, ਹੋਰ ਬਹੁਤ ਸਾਰੇ ਪ੍ਰੇਮੀ ਜਨਾਂ ਨੇ ਮਾਇਆ ਗੁਰੂ ਘਰ ਵਾਸਤੇ ਭੇਟ ਕੀਤੀ ਹੈ। ਪ੍ਰੀਤਮ ਸਿੰਘ ਹੋਣੀ, ਹਰਭਜਨ ਸਿੰਘ, ਪਰਮਜੀਤ ਸਿੰਘ, ਤਰਲੋਚਨ ਸਿੰਘ, ਅਰਵਿੰਦਰ ਸਿੰਘ, ਲਵਪ੍ਰੀਤ ਸਿੰਘ, ਕੁਲਵਿੰਦਰ ਸਿੰਘ, ਸੁਰਿੰਦਰ ਸਿੰਘ ਸਰਪੰਚ, ਗੁਰਕੀਰਤ ਸਿੰਘ, ਮਨਪ੍ਰੀਤ ਸਿੰਘ ਔਰ ਭਗਵੰਤ ਸਿੰਘ, ਬਲਜਿੰਦਰ ਸਿੰਘ, ਪਲਵਿੰਦਰ ਸਿੰਘ ਅਤੇ ਅਨੂਪ ਸਿੰਘ ਹੋਰਾਂ ਨੇ ਵੀ ਮਾਇਆ ਗੁਰੂ ਘਰ ਵਾਸਤੇ ਭੇਟ ਕੀਤੀ ਹੈ। ਮਹਾਰਾਜ ਖਜ਼ਾਨੇ ਭਰਪੂਰ ਕਰਨ ਔਰ ਆਪਣੇ ਦਰੋਂ ਘਰੋਂ ਇਹਨਾਂ ਸਭਨਾਂ ਨੂੰ ਨਾਮ ਦੀ ਦਾਤ
ਬਖਸ਼ਿਸ਼ ਕਰਨ। ਮੈਂ ਬੇਨਤੀ ਕਰਾਂ ਕਿ ਪੰਚਮ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਉਪਰੰਤ ਜਦੋਂ ਛੇਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਮੀਰੀ ਅਤੇ ਪੀਰੀ ਦੀਆਂ ਦੋ ਤਲਵਾਰਾਂ ਧਾਰਨ ਕੀਤੀਆਂ ਤਾਂ ਉਸ ਸਮੇਂ ਆਪ ਜੀ ਨੇ ਨਾਲ ਹੀ ਗੁਰਗੱਦੀ 'ਤੇ ਬਿਰਾਜਮਾਨ ਹੁੰਦਿਆਂ ਹੁਕਮ ਕੀਤਾ ਕਿ ਅੱਜ ਤੋਂ ਦਰਬਾਰ ਦੇ ਵਿੱਚ ਘੋੜੇ ਔਰ ਜਵਾਨੀਆਂ ਭੇਟ ਕੀਤੀਆਂ ਜਾਣ। ਭਾਵ ਸੀ ਕਿ ਨੌਜਵਾਨ ਆਪਣਾ ਆਪਾ ਗੁਰੂ ਘਰ ਨੂੰ ਭੇਟ ਕਰਨ ਔਰ ਐਸੀ ਫੌਜ ਤਿਆਰ ਕੀਤੀ ਜਿਸ ਨੂੰ ਵੀਰ ਰਸ ਪ੍ਰਦਾਨ ਕਰਨ ਲਈ ਸਭ ਤੋਂ ਪਹਿਲੇ ਢਾਡੀ ਭਾਈ ਨੱਥਾ ਅਤੇ ਅਬਦੁੱਲਾ ਹੋਰਾਂ ਨੇ ਵੀਰ ਰਸੀ ਵਾਰਾਂ ਗਾਇਨ ਕਰਕੇ ਇਹਨਾਂ ਨੌਜਵਾਨਾਂ ਦੇ ਵਿੱਚ ਵੀਰ ਰਸ ਭਰ ਦਿੱਤਾ। ਐਸੀ ਹੀ ਕੁਛ ਢਾਡੀ ਗਾਇਨ ਸ਼ੈਲੀ ਦੀ ਇੱਕ ਪ੍ਰਤੱਖ ਮਿਸਾਲ ਆਪ ਜੀ ਦੇ ਸਨਮੁੱਖ ਹੈ। ਭਾਈ ਤਰਸੇਮ ਸਿੰਘ ਜੀ ਕੋਮਲ ਸਾਨੂੰ 20 ਮਿੰਟ ਵਾਸਤੇ ਢਾਡੀ ਵਾਰਾਂ ਦੁਆਰਾ ਨਿਹਾਲ ਕਰਨਗੇ।